ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਨਵਦੀਪ ਧਾਲੀਵਾਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕੁਝ ਅਹਿਮ ਸੁਰਖੀਆਂ ਤੇ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੇ ਕਾਲਕ ਮਲਣ ਦੇ ਮਾਮਲੇ ਦੇ ਵਿੱਚ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਗ੍ਰਿਫ਼ਤਾਰ, ਮੁੱਖ ਮੰਤਰੀ ਨੇ ਦਿੱਤੇ ਸਨ ਕਾਰਵਾਈ ਦੇ ਨਿਰਦੇਸ਼। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੇ ਸੁਖਬੀਰ ਬਾਦਲ ਨੇ ਦਿੱਤੀ ਪ੍ਰਤੀਕਿਰਿਆ, ਕਿਹਾ ਜੇ ਕੈਪਟਨ ਸੱਚਾ ਸਿੱਖ ਤਾਂ ਮਲੇ ਗਾਂਧੀ ਪਰਿਵਾਰ ਤੇ ਮੂੰਹ ਤੇ ਕਾਲਕ। ਸ਼ਹੀਦੀ ਜੋੜ ਮੇਲ ਅੱਜ ਤੋਂ ਸ਼ੁਰੂ, ਦੇਸ਼ ਵਿਦੇਸ਼ ਤੋਂ ਸੰਗਤਾਂ ਹੋਣਗੀਆਂ ਨਤਮਸਤਕ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜੋੜ ਮੇਲ। ਸਾਬਕਾ ਸਰਪੰਚ ਨੇ ਸੱਤਾਧਾਰੀ ਪਾਰਟੀ ਦੇ ਲਾਏ ਧਮਕੀਆ ਦੇਣ ਦੇ ਦੋਸ਼, ਪ੍ਰਸ਼ਾਸਨ ਨੂੰ ਕੀਤੀ ਅਪੀਲ, ਕਿਹਾ ਸਿਆਸੀ ਦਬਾਅ ਦੇ ਚਲਦਿਆਂ ਹੋ ਸਕਦਾ ਹੈ ਮਾਹੌਲ ਖਰਾਬ, ਪਿੰਡ ਨੂੰ ਮਿਲ ਚੁੱਕਿਆ ਰਾਸ਼ਟਰੀ ਅਵਾਰਡ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੁੱਤ ਤੇ ਕਾਲਕ ਮਲਣ ਦੇ ਇਲਜ਼ਾਮ ਦੇ ਵਿੱਚ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਤੋਂ ਬਾਅਦ ਕੀਤੀ ਹੈ। ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਕ ਲਗਾਉਣ ਦੇ ਮਾਮਲੇ 'ਚ ਪੁਲਿਸ ਵੱਲੋਂ ਯੂਥ ਅਕਾਲੀ ਆਗੂ ਗੁਰਦੇਵ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਜ ਸੁਬਹ ਜੋ ਸ਼੍ਰੀ ਰਾਜੀਵ ਗਾਂਧੀ ਜੀ ਕੇ ਬੁੱਤ ਕੇ ਉੱਪਰ ਕਾਲਕ ਪੋਤੀ ਗਈ ਥੀ, ਉਸਮੇ 8-10 ਲੋਕ ਥੇ, ਜਿਸਮੇ ਸੇ 2 ਲੋਕੋਂ ਕੋ ਪੁਲਿਸ ਨੇ ਆਇਡੈਂਟੀਫਾਈ ਕਰ ਲਿਆ ਥਾ। ਇਸਮੇ ਏਕ ਮੀਤਪਾਲ ਸਿੰਘ ਔਰ ਦੂਸਰੇ ਗੁਰਦੀਪ ਸਿੰਘ ਏਰੀਅਸ ਗੋਸ਼ਾ ਅਤੇ ਗੁਰਦੀਪ ਸਿੰਘ ਏਰੀਅਸ ਗੋਸ਼ਾ ਕੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। FIR ਨੰਬਰ 431 ਅੰਡਰ ਸੈਕਸ਼ਨ 3 ਪੰਜਾਬ ਪੁਲਿਸ ਦੀ ਫੇਸਮੈਂਟ ਐਕਟ 153 IPC ਐਂਡ 68 IT ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। ਕਾਲਕ ਲਗਾਉਣ ਤੋਂ ਬਾਅਦ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੇ ਰਾਜੀਵ ਗਾਂਧੀ ਦੇ ਪੁੱਤ ਨੂੰ ਕਾਲੇ ਲਾਲ ਰੰਗ 'ਚ ਰੰਗਣ ਤੋਂ ਬਾਅਦ ਕਿਹਾ ਸੀ ਕਿ ਰਾਜੀਵ ਗਾਂਧੀ ਹੀ 1984 ਦੇ ਸਿੱਖਾਂ ਦੇ ਕਤਲਾਂ ਦਾ ਮਾਸਟਰ ਮਾਇੰਡ ਹੈ। ਦੋਵਾਂ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਕਿੱਤੇ ਦਾ ਕੋਈ ਪਛਤਾਵਾ ਨਹੀਂ ਅਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਕਾਨੂੰਨ ਤੋਂ ਡਰਦੇ ਨੇ। ਅਕਾਲੀ ਆਗੂਆਂ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਇਸ ਕਾਰਨਾਮੇ ਦੀ ਨਿੰਦਿਆ ਕੀਤੀ ਹੈ ਅਤੇ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਯੂਥ ਅਕਾਲੀ ਆਗੂ ਗੁਰਦੇਵ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਲੁਧਿਆਣਾ ਦੇ ਵਿੱਚ ਅਕਾਲੀ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਪੁੱਤ ਦੇ ਕਾਲਕ ਮਲੇ ਜਾਣ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ। ਜਿੱਥੇ ਕੈਪਟਨ ਨੇ ਇਸ ਘਟਨਾ ਦਾ ਵਿਰੋਧ ਕੀਤਾ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਤੇਜ਼ ਦੰਦ ਕੱਸ ਦਿੱਤੇ ਨੇ। ਦੇਸ਼ ਵਿੱਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵਿਰੋਧ ਹੋ ਰਿਹਾ ਹੈ। 1984 ਸਿੱਖ ਕਤਲੇਆਮ 'ਚ ਰਾਜੀਵ ਗਾਂਧੀ ਦੀ ਸ਼ਮੂਲੀਅਤ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਸੀ ਅਤੇ ਹੁਣ ਰਾਜੀਵ ਗਾਂਧੀ ਦੇ ਵਿਰੋਧ ਨੇ ਹੋਰ ਵੀ ਜ਼ੋਰ ਫੜਦਿਆਂ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ। ਲੁਧਿਆਣਾ ਵਿੱਚ ਅਕਾਲੀ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਕ ਮਲਣ ਦੀ ਘਟਨਾ ਸਾਹਮਣੇ ਆਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਰਾਹੀਂ ਇਸ ਦੀ ਨਿੰਦਾ ਕੀਤੀ ਹੈ। ਕੈਪਟਨ ਦੇ ਟਵੀਟ ਤੋਂ ਬਾਅਦ ਇਸ ਘਟਨਾ ਦਾ ਪੱਖ ਪੂਰਦਿਆਂ ਸੁਖਬੀਰ ਬਾਦਲ ਨੇ ਕੈਪਟਨ ਤੇ ਆਪਣਾ ਸ਼ਬਦੀ ਬਾਣ ਕੱਸਿਆ। ਕੀ ਕਹਿਣਾ ਸੁਖਬੀਰ ਬਾਦਲ ਦਾ, ਤੁਸੀਂ ਵੀ ਸੁਣ ਲਓ। ਜੇ ਸੱਚਾ ਸਿੱਖ ਹੈ, ਕੈਪਟਨ ਆਪ ਕਾਲ ਆਪਣੇ ਮਸਲੇ ਗਾਂਧੀ ਪਰਿਵਾਰ ਦੇ ਮੂੰਹ ਤੇ, ਗਾਂਧੀ ਪਰਿਵਾਰ ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਹੈ, ਉਹਦੀ ਹਮਾਇਤ ਕਰ ਰਿਹਾ? ਇਹ ਤੋਂ ਮਾੜਾ ਇਨਸਾਨ ਨਹੀਂ ਹੋ ਸਕਦਾ ਜਿਹੜਾ ਦੋਸ਼ੀਆਂ ਨੂੰ, ਜਿਹੜਾ ਕਤਲੇਆਮ ਕੀਤਾ ਹਜ਼ਾਰਾਂ ਸਿੱਖਾਂ ਦੇ, ਉਹਨਾਂ ਦੋਸ਼ੀਆਂ ਦੀ ਸਪੋਰਟ ਕਰੇ। ਦੱਸ ਦਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ, ਬੁਢਲਾਡਾ ਅਤੇ ਮਾਨਸਾ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਪਹੁੰਚੇ ਸਨ, ਜਿੱਥੇ ਉਹਨਾਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਕ ਫੇਰਨ ਦੇ ਮਾਮਲੇ ਤੇ ਜਵਾਬ ਦਿੱਤਾ। ਬਿਊਰੋ ਰਿਪੋਰਟ।
श्री फतेहगढ़ साहिब दे विच अज तो श्री गुरु गोबिंद सिंह साहिब जी के छोटे साहबजादे बाबा जोरावर सिंह ते बाबा फतेह सिंह जी की लसानी शहादत नूं समर्पित शहीदी जोड़ मेल शुरू हो गया। इस शहीदी जोड़ मेल का आयोजन हर साल दसंबर दे विच श्री गुरु गोबिंद सिंह साहिब जी के छोटे साहबजादे बाबा जोरावर सिंह ते बाबा फतेह सिंह जी की याद दे विच 26 तो 28 दसंबर तक किया जाता। बाबा जोरावर सिंह ते बाबा फतेह सिंह नूं सरहंद दे गवर्नर वजीर खान ने कैद कर लिया सी ते उसने साहिबजादियां नूं खजाने ते सुखाली जिंदगी की पेशकश की सी ते ओह इस्लाम नूं कबूल कर लिया पर उन्हां ने इनकार कर दिता ते सिख धर्म दे विच अपनी निहचा ते डटे रहे। उन्हां नूं एक कंध दे विच जिउंदा ही चिनवा के 26 दसंबर 1705 नूं सरहंद विखे शहीद कर दिता गया सी। सरहंद तो 5 किलोमीटर उत्तर वल गुरुद्वारा फतेहगढ़ साहिब सुशोभित है ते दीवान टोडर मल ने मुगल हकूमत तो मुखाफिल होके गुरु गोबिंद सिंह साहिब जी के छोटे साहबजादियों के अंतिम संस्कार के लिए महंगे भारी जमीन खरीदी। तो यह भी कहा जाता है कि उन्होंने ये जमीन सोने दिया मोहरा खड़े रुख बिछा के की सी। ते उधर पंचायती चोणां दे चलदे सत्ताधारी पार्टी दे कई तरह दे आरोप लग रहे ने। ताजा मामला जिला गुरदासपुर दे राष्ट्रीय अवार्डी पिंड छीना दा जिथे पिछली बार पिंड दे नौजवान पंथ दीप सिंह नूं सर्वसम्मति दे नाल सरपंच चुणिया गया सी। पिंड दे विच कीते विकास कारजां दे कारण राष्ट्रीय अवार्ड भी मिलिया सी। इस वार भी इस नौजवान नूं पिंड वासियां ने चोण मैदान दे विच उतारिया ते इस नौजवान ने विरोधी धिर दे धमकियां देण दे आरोप लाए ने। ਜ਼ਿਲ੍ਹਾ ਗੁਰਦਾਸਪੁਰ ਦੇ ਰਾਸ਼ਟਰੀ ਅਵਾਰਡ ਹਾਸਲ ਕਰਨ ਵਾਲੇ ਪਿੰਡ ਛੀਨਾ ਦੇ ਨੌਜਵਾਨ ਸਾਬਕਾ ਸਰਪੰਚ ਪੰਥਦੀਪ ਸਿੰਘ ਨੇ ਵਿਰੋਧੀ ਧਿਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੁਝ ਸ਼ਰਾਰਤੀ ਅੰਸਰ ਰਾਜਨੀਤਿਕ ਦਬਾਅ ਦੇ ਚੱਲਦਿਆਂ ਪੰਚਾਇਤੀ ਚੋਣਾਂ ਦੇ ਦੌਰਾਨ ਪਿੰਡ ਦਾ ਮਾਹੌਲ ਖਰਾਬ ਕਰ ਸਕਦੇ ਨੇ। ਇਸ ਲਈ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੋਣ ਪ੍ਰਕਿਰਿਆ ਸਹੀ ਢੰਗ ਅਤੇ ਅਮਨ ਸ਼ਾਂਤੀ ਨਾਲ ਕਰਵਾਉਣ ਦੀ ਅਪੀਲ ਕੀਤੀ ਹੈ। ਜੀ ਨੈਸ਼ਨਲ ਅਵਾਰਡੀ ਪਿੰਡ ਛੀਨਾ ਜਿਨ੍ਹਾਂ ਨੇ ਮੇਰੇ ਪਿੰਡ ਵਾਸੀਆਂ ਨੇ ਮੈਨੂੰ ਮੌਕਾ ਦਿੱਤਾ ਸੀ 2013 ਤੋਂ ਲੈ ਕੇ 2018 ਦੇ ਵਿੱਚ ਪਿੰਡ ਦੀ ਸੇਵਾ ਕਰਨ ਦਾ, ਜਿੱਥੋਂ ਤੱਕ ਮੈਂ ਆਪਣੀ ਕਾਬਲੀਅਤ, ਆਪਣੀ ਐਜੂਕੇਸ਼ਨ ਅਤੇ ਲੋਕਾਂ ਦੇ ਸਾਥ ਦੇ ਨਾਲ ਸੰਭਵ ਹੋ ਸਕਿਆ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਪਿੰਡ ਨੇ ਐਸੇ ਮੀਲ ਪੱਥਰ ਸਾਬਤ ਕੀਤੇ। ਮੇਰੇ ਪਿੰਡ ਦੇ ਲੋਕਾਂ ਦੀ ਅਪੀਲ ਦੇ ਅਨੁਸਾਰ ਹੀ ਮੈਂ ਸਰਪੰਚ ਦੇ ਲਈ ਆਪਣੇ ਨਾਮਜ਼ਦਗੀ ਕਾਗਜ਼ ਜਿਹੜੇ ਆ ਉਹ ਦਾਖਲ ਕੀਤੇ ਸੀ, ਪਰੰਤੂ ਸਾਡੇ ਪਿੰਡ ਦੇ ਇੱਕ ਸਿਆਸੀ ਰਾਜਨੀਤਿਕ ਸੰਬੰਧ ਪਾਰਟੀ ਨਾਲ ਰੱਖਣ ਵਾਲੇ, ਜਿਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਸਾਡੇ ਜਿਨ੍ਹਾਂ ਨੂੰ ਕੰਮ ਨਹੀਂ ਸੀ ਮਨਜ਼ੂਰ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਕੰਮ ਨਹੀਂ ਵਧੀਆ ਕਰ ਰਹੇ, ਉਹਨਾਂ ਵੱਲੋਂ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਤਾਂ ਪਿੰਡ ਦੇ ਵਿੱਚ ਇਹ ਪ੍ਰਚਾਰਿਆ ਗਿਆ ਕਿ ਅਸੀਂ ਉੱਪਰੋਂ ਹੀ ਸਰਪੰਚ ਬਣ ਕੇ ਆ ਰਹੇ ਹਾਂ, ਅਸੀਂ ਸਰਕਾਰ ਦੇ ਬੰਦੇ ਹਾਂ ਅਤੇ ਸਰਕਾਰੀ ਦਬਾਅ ਸਿਆਸੀ ਸ਼ਹਿ ਦੇ ਨਾਲ ਅਸੀਂ ਤੇਰੇ ਕਾਗਜ਼ ਰੱਦ ਕਰਵਾ ਕੇ ਸਰਪੰਚ ਬਣਾਂਗੇ। ਮੇਰੇ ਵਿਰੋਧੀ ਧਿਰ ਵੱਲੋਂ ਇਹ ਵਾਰ ਵਾਰ ਸਾਰੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਕਿ ਅਸੀਂ ਇਸ ਵਾਰ ਸਰਪੰਚੀ ਲੈਣੀ ਆ, ਅਸੀਂ 10 ਸਾਲ ਬਾਅਦ ਰਾਜਨੀਤਿਕ ਸਰਕਾਰ 'ਚ ਆਏ ਹਾਂ, ਅਸੀਂ ਸਰਪੰਚੀ ਲੈ ਕੇ ਛੱਡਾਂਗੇ, ਉਹਦੇ ਲਈ ਚਾਹੇ ਸਾਨੂੰ ਉਸ ਮੁੰਡੇ ਦੀ ਜਾਂ ਕਿਸੇ ਹੋਰ ਦੀ ਜਾਨ ਹੀ ਕਿਉਂ ਨਾ ਲੈਣੀ ਪੈ ਜਾਵੇ। ਪਿੰਡ ਦੇ ਲੋਕ ਜਿਹੜੇ ਆ ਉਹ ਦਹਿਸ਼ਤ ਦੇ ਵਿੱਚ ਹਨ। ਦੇ ਵਿੱਚ ਮੈਂ ਚੋਣ ਕਮਿਸ਼ਨਰ ਪੰਜਾਬ ਨੂੰ, DC ਗੁਰਦਾਸਪੁਰ ਨੂੰ, SSP ਗੁਰਦਾਸਪੁਰ ਅਤੇ ਹੋਰਾਂ ਨੂੰ ਚਿੱਠੀਆਂ ਕੱਢ ਕੇ ਇਹ ਬੇਨਤੀ ਕੀਤੀ ਹੈ ਕਿ ਮੇਰੇ ਪਿੰਡ ਦੀ ਚੋਣ ਜਿਹੜੀ ਆ ਉਹ ਨਿਰਪੱਖ ਚੋਣ ਹੋਵੇ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਚੋਣ ਨੂੰ ਪਿੰਡ ਤੱਕ ਹੀ ਸੀਮਿਤ ਰਹਿਣ ਦਿੱਤਾ ਜਾਵੇ ਅਤੇ ਕਿਸੇ ਪ੍ਰਕਾਰ ਦੀ ਸਿਆਸੀ ਦਖਲ ਅੰਦਾਜ਼ੀ ਨਾ ਕੀਤੀ ਜਾਵੇ। ਬੇਸਿਕਲੀ ਮੈਂ ਲੰਜੂਸ 'ਚ ਰਹਿੰਦਾ ਹਾਂ ਔਰ ਜਦੋਂ ਮੈਂ ਆਪਣੇ ਪਿੰਡ ਦਾ ਜਿਹੜਾ ਨਾਮ ਆ ਟੈਲੀਵਿਜ਼ਨ 'ਤੇ ਦੇਖਦਾ ਹਾਂ ਅਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ, ਮਨ ਨੂੰ ਬੜਾ ਫਖਰ ਹੁੰਦਾ ਹੈ। ਤੋ ਇਸੇ ਕਰਕੇ ਮੈਂ ਉੱਥੋਂ ਚੱਲ ਕੇ ਪਿੰਡ ਦੇ ਵਿੱਚ ਆਇਆ, ਪਤਾ ਸੀ ਇਲੈਕਸ਼ਨ ਹੋ ਰਹੀ ਆ। ਮੈਂ ਜਿਹੜੇ ਵੀ ਲੀਡਰ ਇਸ ਇਲੈਕਸ਼ਨ ਦੇ ਵਿੱਚ ਇੰਟਰਸਟ ਰੱਖਦੇ ਹੋ, ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਹਾਂਗਾ। ਮੇਰੀ ਇਹ ਬੇਨਤੀ ਆ, ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਆ ਕਿ ਇਸ ਪਿੰਡ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ ਉਹ ਲੋਕਾਂ ਦੇ ਹੱਥਾਂ ਵਿੱਚ ਉਹ ਇਲੈਕਸ਼ਨ ਰਹਿਣ ਦਿਓ, ਉਸ ਇਲੈਕਸ਼ਨ ਨੂੰ ਜ਼ਬਰਦਸਤੀ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੋ। ਪਹਿਲਾਂ ਸਾਡੇ ਪਿੰਡ ਵਿੱਚ ਇਹ ਵਾ ਉੱਡੀ ਸੀ ਕਿ ਅਸੀਂ ਕਾਗਜ਼ ਰੱਦ ਹੋ ਜਾਣਗੇ, ਇਹਨਾਂ ਦੇ ਕਈ ਕੁਛ ਹੋ ਜਾਊਗਾ, ਪਰ ਨਹੀਂ ਹੋਇਆ। ਹੁਣ ਇਹ ਲੋਕ ਧਮਕੀਆਂ ਮਿਲਦੀਆਂ ਪਈਆਂ, ਇਹ ਸੁਣ 'ਚ ਆ ਰਿਹਾ ਵੀ ਇੱਥੇ ਬੂਥ ਕੈਪਚਰਿੰਗ ਹੋ ਜੂਗੀ ਜਾਂ ਬਾਹਰੋਂ ਗੁੰਡੇ ਸੱਦ ਕੇ ਇੱਦਾਂ ਕੰਮ ਕੀਤਾ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹੋ ਜਿਹਾ ਕੋਈ ਕੰਮ ਨਾ ਕੀਤਾ ਜਾਵੇ, ਪਿੰਡ ਦੀ ਜਿਹੜੀ ਇਲੈਕਸ਼ਨ ਆ ਸਿਰਫ ਪਿੰਡ ਤੱਕ ਹੀ ਸੀਮਿਤ ਰਹਿਣ ਦਿੱਤੀ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਰਾਸ਼ਟਰੀ ਅਵਾਰਡ ਹਾਸਲ ਕਰਨ ਵਾਲੇ ਇਸ ਪਿੰਡ ਦੇ ਲੋਕ ਪਿੰਡ ਦੀ ਹੋਰ ਤਰੱਕੀ ਲਈ ਕਿਸ ਦੇ ਨਾਮ 'ਤੇ ਮੋਹਰ ਲਾਉਂਦੇ ਨੇ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ।
सरकार ने सरकारी मुलाजमान के महंगाई पत्ते दियां पड़दियां किश्तां ते एरियर ते पैसे दब रखे ने। यह कहना पंजाब सिविल सकत्रेत इंपलॉयज फैडरेशन के प्रधान सुखचैन सिंह खैरा का। खैरा ने कहा है कि पंजाब सरकार ने मुलाजमान नूं महंगाई पत्ते दियां चार किश्तां नहीं दित्तियां जो केंद्र सरकार की तर्ज से हर छे महीने बाद देणियां हुंदियां ने। डीए दियां किश्तां दा 23 महीने दा वी पंजाब सरकार जड़ी दबी बैठी है। खैरा ने यह भी दोष लाया है कि पंजाब दे सरकारी मुलाजम तो हर महीने 200 रुपए विकास टैक्स देंदे ने पर विधायक ये टैक्स अदा नहीं करते। जो महंगाई भत्ता वाधा महंगाई वधी है कानून के हिसाब न सेंटर गौरमेंट उन्होंने निर्धारित करती है भी कि महंगाई वधी है उन्ना जरा इंपलाई जरा तनखाह एडिशन कर दी जाए वो तनखाह आटोमैटिकली वध जाएगी। सो पिछले 2017 तो लैके अजे तक जी साड़ी चार किस्तां ड्यू है जनवरी आने लगी है। जनवरी के जरा फिर साडा डीए ड्यू हो जाएगा। साल के दो बार डीए लगता है जनवरी और जुलाई के। सो पिछलिया चार किस्तां और अगली आने वाली मैंने लगता 10-15 दिन तक पंजवीं किस्त ड्यू हो जानी। इस तो सिवाए जिहड़ा डीए है यदा एरियर जिहड़ा सीगा वह 23 महीने का ड्यू पिया हैगा। सो कहन तो मतलब है कि यह साडा जिहड़े तनखाह का पार्ट सी ये सरकार बड़े जोर शोर नाल दब के बैठी हुई है। तनखाह मिलनी नहीं तो वो उत्ते 200 रुपया डिवेलपमेंट टैक्स जिन्हों साडे साथी ने जजिया टैक्स कहता वो उल्टा उगराहना शुरू करता जो उन्हों का हक नहीं बनता। वो लोग जेडे इन्ने वड्डे पहले तनाड़ ने ते नाल दे नाल एडिया मोटिया सरकारी खजाने दे विचो तनखावां लै रहे ने ते ओ जेड़ा उन्हां चो 117 जेडे MLA आ मिनिस्टर नूं कढ दित्ता जावे 17 नूं ते 100 MLA ने अजे तक एक भी वरी 200 रुपया जेड़ा डिवेलपमेंट टैक्स नहीं दिता RTI दे तहत। तुसीं पुछ के देख लो। वेला उच्च लैक्चर जी ब्रेक दा मिलदे आ खबरां दे अगले सैगमेंट विच। छोटी ब्रेक तो बाद एक बार थोड़ा फिर तो स्वागत है खबरों के इस बुलेटिन विच। आम आदमी पार्टी के विधायक अमन अरोड़ा ने आम आदमी पार्टी तो मुअत्तल सुखपाल सिंह खैरा नूं लंबे हत्थी लिया। चंडीगढ़ के पत्रकारों के नाल गलबात के दौरान अमन अरोड़ा ने कहा है कि सुखपाल सिंह खैरा जस्टिस जोरा सिंह बारे गलत बयानबाजी कर रहे हैं। खैरा कह रहे हैं कि जस्टिस जोरा सिंह अकालिया के भरोसे योग व्यक्ति ने। तो अमन अरोड़ा ने भी कहा कि जस्टिस जोरा सिंह ने तो बैबल कलां गोलीकांड बारे सही रिपोर्ट पेश की थी जिसनों अकाली दल भाजपा गठजोड़ की पंजाब सरकार ने नहीं मनिया। उस रिपोर्ट नू ना ही कैप्टन सरकार ने लोगों सामने पेश किया। अकालिया वालों बनाए कमीशन से लोगों नू विश्वास नहीं सी जबकि जस्टिस जोरा सिंह ने अपनी रिपोर्ट ईमानदारी के नाल तैयार की सी। अमन अरोड़ा का भी कहना है कि सुखपाल खैरा हुण आम आदमी पार्टी नू जीरो कह रहे ने जबकि इस पार्टी करके ही खैरा विधायक बन के हीरो बने सी। मैं खैरा साहब नू बेनती करनी चाहूँगा उन्हां नू कहना चाहूँगा कि खैरा साहब ये ओही जीरो है असी सत्कार करते हैं तुहाडा पर इन्नी छोटी इन्ने निचले लैवल दी और इन्नी चिक्कड़ उछाली दी हर समय मंदा चंगा बोलन वाली या माड़ा बोलन वाली या कंडेम करन वाली या हरेक जगह सिंग फसाउन वाली राजनीति है जिहड़ी ये नैगेटिव पॉलिटिक्स हुंदी है। नैगेटिव पॉलिटिक्स नाल बंदा कोई बहुता लंबा समा अगे नहीं वध सकदा हैगा। गल पॉजिटिव मुद्दों के उपर करनी चाहिए है। 0+0 की उन्होंने गल की है ये उही जीरो है उस आम आदमी पार्टी नूं ये जीरो दस रहे ने जिस जीरो की बांह फड़ के झाड़ू फड़ के वह पार्टी के विच आए पार्टी के स्पोक्सपर्सन बने पार्टी के चीफ विप बने पार्टी तो टिकट मिली पार्टी तो MLA बने पार्टी तो MLA बनने तो बाद लीडर ऑफ ऑपोजिशन बने ये उसे जीरो ने जिन्हों अज सुखपाल सिंह खैरा जी जीरो कह रहे हैं उस जीरो ने सुखपाल सिंह खैरा नू हीरो बनाया। मैं उस दिन खैरा साहब नू मनूंगा जिस दिन वो इस जीरो नू छड़ के MLAship तो रिजाइन करके आप हीरो बन जाएंगे आपकी पार्टी बना के उस दिन हीरो मनो। पतंग उड़ाने के लिए पाबंदी के बावजूद चाइना डोर की वरतों धड़ल्ले दे नाल कीती जा रही। अमृतसर पुलिस ने मुस्तैदी विखाउंदिया 3 व्यक्तियों को भारी मात्रा के चाइना डोर समेत गिरफ्तार किया। पुलिस ने काबू किए गए दोषियों तो चाइना डोर के 700 के करीब गट्टे बरामद किए ने। जिक्र योग है कि पाबंदी शुदा चाइना डोर के कारण कई हादसे वापर चुके ने ते कई लोग अपाहिज भी हो चुके ने। पुलिस ने गिरफ्तार किए व्यक्तियों के मामला दर्ज करके कार्रवाई शुरू कर दी है। ਸਾਡੇ ਮਹਾਂਯੋਗ ਕਮਿਸ਼ਨਰ ਸਾਹਿਬ ਸ਼੍ਰੀ SS ਸ਼੍ਰੀ ਵਾਸਤਵ ਸਾਹਿਬ IPS ਉਹਨਾਂ ਦੀਆਂ ਹਦਾਇਤਾਂ 'ਤੇ ਚੱਲਦੇ ਹੋਏ
एक सानू बड़ी अच्छी कामयाबी मिली है कि साढ़े ASI बलविंदर सिंह चौकी चा एक गुरु की बटाली इंडिया गेट के अपनी पुलिस पार्टी के नाल मौजूद सी ते इन्हां नूं इतलाह मिली कि मोनू दलजीत ते प्रदीप शर्मा जो कि प्रोहिबिटेड जिहड़े चाइनीज़ स्ट्रिंग हैगी है गट्टू जिहनूं आपां चाइनीज़ डोर कहिंदे आ उन्हां दा बहुत भारी तादाद दे विच काम कर रहे हैं जिस ते इन्हां ने उस इनफॉर्मेशन ते काम करते हुए इन्हां तिन्नां कोलों 12 कार्टून जिहड़े हैगे आ उह बरामद कीते आ उहदे च टोटल 702 गट्टू बरामद होए आ इह जिद्दां बसंत लोहड़ी दा तिहार अगे आ रहा है ते इन्हां ने एक कार्टून जिहड़ा 20,000 दे करीब कार्टून हैगा 2.5-3 लाख रुपए का माल सीगा इन्हां ने ते उह इन्हां ने इन्हां कोलों इही बरामद कीता आ जो कि ये इन्नी कु जानलेवा हैगी है कि लोगों की जान माल की बड़ा ही खतरा है इस डोर नाल बहुत सारे लोग हैंडीकैप्ड हो गए केस रजिस्टर करके जाए इन्हां सरपंची चोणां च सियासी पार्टियां भी खूब अपना जोर दिखाउंदियां ने ते उम्मीदवार लीडरां दे सिर ते छाला मारदे होए कानून दे धज्जे उड़ाउंदे ने इसे तरह का मामला संगरूर दे लहरा गागा तो सामने आया जिसे संगरूर पुलिस ने अकाली आगू नूं नजायज़ शराब दे नाल गिरफ्तार किया शराब हरियाणा मारका है जिस दीआं पूरीआं 25 पेटियां बरामद कीतीआं ने जो पंचायती चोणां च वोटरां नूं वंडीआं जाणीआं सी दस दईए कि फड़िया गया अकाली आगू ब्लाक समिति का साबका चेयरमैन गुरदीप सिंह कोटला है जो राज सभा मैंबर सुदेव सिंह ढींसा का करीबी मनिया जा रहा अकाली दल के आगू की इस करतूत से कांग्रेस ने भी चुटकी ली है कांग्रेस के आगू ने कहा कि जिहड़ी पार्टी पंचायती चोणां का विरोध कर रही थी उही हुण सियासी लाहा लैण लई नशा का सहारा ले रहे हैं अज की यह जिंगा जागदी तस्वीर है कि इन्हां दा अकाली दल का ब्लॉक समिति का सबका चेयरमैन है जिहड़ा वह आप रंगे हथी 30 डब्बियां नाल फड़ाया गया है इस तो वड्डी सिद्ध हुंदा इस इंसान ने इत्थे जिहड़ा ठेका सीगा हटाउणा वास्ते दिन रात एक कीता कि ठेका नहीं लगना चाहीदा पर इसदी मिली भुगत सीगी कि इह घर घर जाके आप दारूआं बेचते ने आप नशा बेचते ने गे एक तरह नाल सिद्ध होया कि अकाली दल की जिहड़ी लीडरशिप हैगी किस तरह जिहड़ा नौजवानी नूं जिस तरह राहुल गांधी जी पंजाब दे महाराज कैप्टन अमरिंदर सिंह दिन रात कहिंदे ने बीबी भट्ठल जी ने कहा कि किस तरह जिहड़ा हैगा देश नूं इन्हां ने नौजवानां नूं खोरा लाया किस तरह इह जिहड़ा सियासी लाहा लैण लई नशा वरतदे ने उस दे सामने एदूं वड्डी मैंकणा उदाहरण पेश नहीं हो DSP अजय पाल सिंह ने दस्सिया कि चोणां दे चलदे शराब दा लैण देण ज़्यादा हो रहा फिलहाल पुलिस ने आरोपी खिलाफ़ मामला दर्ज कर लिया ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ SSP ਸਾਹਿਬ ਸੰਗਰੂਰ ਵੱਲੋਂ ਸਾਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀਆਂ ਗਸ਼ਤਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਦੌਰਾਨ ਕੱਲ੍ਹ ਚੋਟੀਆਂ ਇੰਚਾਰਜ ਥਾਣਾ ਲਹਿਰਾ ਨੇ ਨਾਕਾਬੰਦੀ ਦੇ ਦੌਰਾਨ ਗੁਰਦੀਪ ਸਿੰਘ ਕੋਟਲਾ ਲਹਿਲ ਜੋ ਕਿ ਸਾਬਕਾ ਚੇਅਰਮੈਨ ਹੈ ਉਸਦੀ ਮਰੂਤੀ ਕਾਰ ਦੇ ਵਿੱਚ ਹਰਿਆਣੇ ਦੇ ਵਿੱਚੋਂ ਜਿਹੜੀ 25 ਪੇਟੀਆਂ ਸ਼ਰਾਬ ਦੀਆਂ ਲੈ ਕੇ ਆ ਰਿਹਾ ਸੀਗਾ ਉਹਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਕਾਬੂ ਕਰਕੇ ਉਸ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਕਿਉਂਕਿ ਹਰਿਆਣਾ ਆਪਣੇ ਸਾਡੇ ਜ਼ਿਲ੍ਹੇ ਦੇ ਬਿਲਕੁਲ ਬਾਰਡਰ ਦੇ ਉੱਤੇ ਪੈਂਦਾ ਇਸ ਲਈ ਇੱਧਰੋਂ ਜ਼ਿਆਦਾ ਸਮਗਲਿੰਗ ਜਿਹੜੀ ਸ਼ਰਾਬ ਦੀ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਪੰਚਾਇਤੀ ਚੋਣਾਂ ਦੇ ਵਿੱਚ ਲੋਕ ਉਸ ਸ਼ਰਾਬ ਨੂੰ ਜ਼ਿਆਦਾ ਇੱਥੇ ਲੋਕਾਂ 'ਚ ਵੰਡਣ ਦਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਸਾਰੇ ਬਾਰਡਰ ਦੇ ਏਰੀਏ ਦੇ ਵਿੱਚ ਨਾਕਾਬੰਦੀ ਗਸ਼ਤਾਂ ਜਿਹੜੀਆਂ ਨੇ ਸਾਡੀਆਂ ਚੱਲ ਰਹੀਆਂ ਨੇ ਪੰਚਾਇਤੀ ਚੋਣਾਂ ਦੌਰਾਨ ਲੀਡਰਾਂ ਵੱਲੋਂ ਕੀਤੀ ਜਾਂਦੀ ਸ਼ਰਾਬ ਦੀ ਵਰਤੋਂ ਕਾਫ਼ੀ ਨਿੰਦਣਯੋਗ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਉਧਰ ਸ਼੍ਰੋਮਣੀ ਅਕਾਲੀ ਦਲ ਦੇ BC ਵਿੰਗ ਤੇ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ BC ਵਿੰਗ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਵਰਕਰਾਂ ਨੂੰ ਲੰਬਵਤ ਚੋਣ ਦੇ ਲਈ ਅਪੀਲ ਕੀਤੀ ਗਈ ਹੈ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਇਆ ਜਾ ਸਕੇ ਕਰਨ ਵਾਸਤੇ ਜਿਹੜਾ ਝੂਠਾ ਲੋਕ ਪ੍ਰਚਾਰ ਕਰਦੇ ਨੇ ਹੋਰ ਪਾਰਟੀਆਂ ਵਾਲੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ
ਸ਼੍ਰੋਮਣੀ ਅਕਾਲੀ ਦਲ ਦਾ ਨਰੋਇਆ ਅੰਗ ਬਣ ਕੇ ਬੀ ਸੀ ਸਿੰਘ ਫੀਲਡ ਵਿੱਚ ਜਾਏਗਾ ਔਰ ਫੈਸਲਾ ਕੀਤਾ ਕਿ ਹਰ ਹਲਕੇ ਵਾਈਜ਼ ਬੀ ਸੀ ਸਿੰਘ ਮੀਟਿੰਗਾਂ ਕਰੂਗਾ ਅਤੇ ਹਲਕੇ ਹਰ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਲਾਭਬੰਦ ਕਰੂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਆ ਪੰਜਾਬ ਦੀ ਉਹ ਆਪਣਾ ਪੂਰਾ ਰੋਲ ਅਦਾ ਕਰ ਰਹੀ ਆ ਅਤੇ ਅਸੀਂ ਵੀ ਨਰੋਇਆ ਅੰਗ ਬਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਹਲਕੇ ਵਿੱਚ ਜਾ ਕੇ ਵੱਡੀ ਸ਼ਕਤੀ ਦੇ ਰੂਪ ਵਿੱਚ ਅਸੀਂ ਪੇਸ਼ ਕਰਕੇ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਹੋਣ ਚਾਹੇ ਅਸੈਂਬਲੀ ਦੀਆਂ ਹੋਣ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਖਬਰਾਂ ਦੇ ਇਸ ਬਟਨ ਵਿੱਚ ਰਾਹੀਂ ਨਵੇਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਨਵਦੀਪ ਧਾਲੀਵਾਲ ਨੂੰ ਦੋ ਇਜਾਜ਼ਤ ਧੰਨਵਾਦ